ਤਸਵੀਰਾਂ 'ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਮੌਕੇ 'ਤੇ ਹੀ ਹੱਲ ਕਰਵਾਉਣ ਦਾ ਯਤਨ ਕਰ ਰਹੇ ਇਹ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ SSP ਸੰਦੀਪ ਗੋਇਲ ਜੋ ਪਿਛਲੇ ਦਿਨੀ ਨਸ਼ਿਆਂ ਸੰਬੰਧੀ ਆਪਣੀ ਵਾਇਰਲ ਹੋਈ ਵੀਡੀਓ ਦੇ ਕਾਰਨ ਕਾਫੀ ਵਾਹ ਵਾਹ ਖੱਟ ਚੁੱਕੇ ਨੇ ਤੇ ਹੁਣ ਇੱਕ ਵਾਰ ਫਿਰ SSP ਸੰਦੀਪ ਗੋਇਲ ਦੀ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਸਮਾਜ ਦੇ ਮਾੜੇ ਅੰਸਰਾਂ ਨੂੰ ਸਖ਼ਤ ਤਾੜਨਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਨਾਲ ਹੀ ਉਹਨਾਂ ਅਜਿਹੇ ਮਾੜੇ ਅੰਸਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸਾਰੇ ਨਜਾਇਜ਼ ਧੰਦੇ ਛੱਡ ਕੇ ਸੁਧਰ ਜਾਣ ਨਹੀਂ ਤਾਂ ਉਹਨਾਂ ਵੱਲੋਂ ਸਮਾਜ ਦੀ ਭਲਾਈ ਲਈ ਜਾਇਜ਼ ਦੇ ਨਾਲ ਨਜਾਇਜ਼ ਕਦਮ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ ਮੈਂ ਉਸੇ ਤਰ੍ਹਾਂ ਹੀ DSP ਸਾਹਿਬ ਤੇ SSP ਸਾਹਿਬ ਨੂੰ ਨਿਰਦੇਸ਼ ਦਿੱਤੇ ਆ ਤੁਹਾਨੂੰ ਆਉਂਦੇ ਸਮੇਂ ਦੇ ਵਿੱਚ ਇਹਦੇ ਬੜੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਦੱਸ ਦਈਏ ਕਿ SSP ਸੰਦੀਪ ਗੋਇਲ ਪਿਛਲੇ ਦਿਨੀ ਵੀ ਆਪਣੀ ਕਜਈ ਵਾਇਰਲ ਹੋਈ ਵੀਡੀਓ ਕਾਰਨ ਚਰਚਾਵਾਂ 'ਚ ਆਏ ਸਨ ਜਿਸ 'ਚ ਉਹਨਾਂ ਨਸ਼ੇ ਦੇ ਸੁਦਾਗਰਾਂ ਤੇ ਆਪਣੇ ਹੀ ਮਹਿਕਮੇ ਦੇ ਕੁਝ ਮਾੜੇ ਅਫਸਰਾਂ ਬਾਰੇ ਜ਼ਿਕਰ ਕੀਤਾ ਸੀ ਤੇ ਹੁਣ SSP ਗੋਇਲ ਇੱਕ ਵਾਰ ਫਿਰ ਹੋਰ ਵਾਇਰਲ ਵੀਡੀਓ ਕਾਰਨ ਲੋਕਾਂ ਦੀ ਵਾਹ ਵਾਹ ਖੜਦੇ ਹੋਏ ਨਜ਼ਰ ਆ ਰਹੇ ਨੇ ਫਿਰੋਜ਼ਪੁਰ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਦੈਨਿਕ ਸਵੇਰਾ TV